संगत जी, सब तो पहला गज के बुलाओ फतेह। आखो जी वाहेगुरु जी का खालसा वाहेगुरु जी की फतेह। अज आपां गल करांगे इस घटना बारे। तुसी वीडियो दे आखिर तक बने रहो अते कमेंटां दे विच वाहेगुरु लिख के हाजरी जरूर लगवाओ जी। अंबाले शहर दे विच एक अजिही घटना वापरी जिसने मल्टी नैशनल कंपनी नूं भी हिला के रख दिता। गुरमुख सिंह गरेवाल जेड़े कि उस कंपनी दे विच अफसर सी बहुत वड्डे ते ओना ने एह गल दसी है। एक वार तां सुन के तुसी भी हैरान हो जावोगे, एक वार तां रूह कंब जांदी है सुन के। ओह दसदे हैं भी मेरी कंपनी दे विच 150 बंदा काम करदा है। 150 बंदे उत्थे ही बैठ के देशां विदेशां दा काम कार कर रहे ने। उन्हां 150 कर्मचारियों दे विच सिर्फ मैं इकला ही सरदार हाँ। ओह कहिंदा है इन्हां बंदियां दे विच बाहरले देशां तों भी 10-15 बंदे काम कर रहे ने। भारत देश दे तां हैगे ही ने पर विदेशां तों भी कई इत्थे काम करदे ने, जिन्हां विच एक अफरीकन लड़की है ओह भी काम करदी है। ओह अफरीकन मूल दी लड़की है। ਉਹ ਕਹਿੰਦਾ ਮੇਰੇ ਉਹਦਾ ਵੱਡਾ ਹੋਣ ਕਰਕੇ ਮੇਰੇ ਕੋਲ ਅਕਸਰ ਪੇਪਰ ਤੇ ਕਾਗਜ਼ ਤੇ ਸਾਈਨ ਕਰਵਾਉਣ ਲਈ ਆਇਆ ਕਰਦੀ ਸੀ। ਇੱਕ ਦਿਨ ਉਹ ਕਹਿੰਦਾ ਕਿ ਸਮੋਲੀਆ ਮੇਰੇ ਕਮਰੇ ਦੇ ਵਿੱਚ ਆਈ। ਪੇਪਰ ਸਾਈਨ ਕਰਵਾਉਣ ਤੋਂ ਬਾਅਦ ਉਹ ਮੇਰੇ ਨਾਲ ਕੁਝ ਗੱਲਾਂ ਕਰਨੀਆਂ ਚਾਹੁੰਦੀ ਸੀ। ਉਹ ਕਹਿੰਦਾ ਬਈ ਉਹ ਮੈਨੂੰ ਆਪਣਾ ਭਰਾ ਹੀ ਸਮਝਦੀ ਸੀ। ਮੈਨੂੰ ਆਪਣਾ ਭਰਾ ਸਮਝ ਕੇ ਅੱਜ ਉਹ ਮੇਰੇ ਨਾਲ ਗੱਲ ਕਰਨਾ ਚਾਹੁੰਦੀ ਸੀ ਤੇ ਕਹਿੰਦੀ ਔਰਤ ਦਾ ਰੰਗ ਰੂਪ ਹੀ ਉਸਦਾ ਗਹਿਣਾ ਹੁੰਦਾ ਹੈ। ਉਹ ਕਹਿੰਦੀ ਉਹਨੂੰ ਇੱਕ ਰੋਗ ਸੀ ਜੋ ਕਿ ਫੁਲਵੈਰੀ ਦਾ ਹੈ, ਜੋ ਕਿ ਗਰਦਨ ਤੇ ਹੱਥਾਂ ਤੋਂ ਚਿਹਰੇ ਵੱਲ ਜਾ ਰਿਹਾ ਸੀ। ਫੁਲਵੈਰੀ ਵੱਧਦੀ ਜਾ ਰਹੀ ਸੀ। ਇਹ ਇੱਕ ਸਕਿਨ ਦਾ ਰੋਗ ਹੈ, ਚਮੜੀ ਦਾ ਰੋਗ ਹੈ। ਜੇ ਕਹਿੰਦੀ ਇਹ ਰੋਗ ਵੱਧ ਗਿਆ ਮੇਰੇ ਚਿਹਰੇ ਤੇ ਆ ਗਿਆ ਮੇਰਾ ਚਿਹਰਾ ਖਰਾਬ ਹੋ ਜਾਣਾ ਹੈ। ਉਹ ਕਹਿੰਦੀ ਬੜਾ ਇਲਾਜ ਕਰਵਾਏ ਪਰ ਇਹ ਰੁਕਣ ਦਾ ਨਾਮ ਹੀ ਨਹੀਂ ਲੈ ਰਿਹਾ, ਵੱਧਦਾ ਹੀ ਜਾ ਰਿਹਾ ਹੈ। ਉਹ ਕਹਿੰਦਾ ਮੈਂ ਉਸਦੀ ਗੱਲ ਬੜੀ ਗੌਰ ਨਾਲ ਸੁਣੀ। ਮੈਂ ਉਹਨੂੰ ਕਿਹਾ ਵੀ ਮੈਂ ਇਸ ਬਾਰੇ ਬਿਲਕੁਲ ਵੀ ਨਹੀਂ ਜਾਣਦਾ, ਮੈਨੂੰ ਜੇ ਕੋਈ ਡਾਕਟਰ ਅਤੇ ਮੈਨੂੰ ਜਾਣਕਾਰੀ ਮਿਲਦੀ ਹੈ, ਮੇਰੀ ਨਿਗਾਹ ਦੇ ਵਿੱਚ ਤਾਂ ਚੰਗਾ ਡਾਕਟਰ ਵੀ ਨਹੀਂ। ਕਹਿੰਦਾ ਚਲੋ ਮੈਂ ਦੇਖਦਾ ਜੇ ਮੇਰੀ ਨਿਗਾਹ ਦੇ ਵਿੱਚ ਕੋਈ ਡਾਕਟਰ ਹੋਇਆ, ਸ਼ਰਤੀਆ ਇਲਾਜ ਕਰੇ ਤੇ ਕੋਈ ਚੰਗਾ ਡਾਕਟਰ ਮਿਲਿਆ ਤਾਂ ਮੈਂ ਜ਼ਰੂਰ ਮਦਦ ਕਰਾਂਗਾ ਤੁਹਾਡੀ। ਉਹ ਕਹਿੰਦੀ ਮੈਨੂੰ ਦਵਾਈਆਂ ਦੀ ਕੋਈ ਲੋੜ ਨਹੀਂ, ਮੈਂ ਤਾਂ ਤੁਹਾਨੂੰ ਇਹ ਪੁੱਛਣਾ ਸੀ ਵੀ ਤੁਸੀਂ ਸਰਦਾਰ ਹੋ ਤੇ ਤੁਹਾਡਾ ਗੁਰੂ ਮੈਨੂੰ ਠੀਕ ਕਰ ਸਕਦਾ ਹੈ। ਮੈਂ ਤੁਹਾਡੇ ਗੁਰੂਆਂ ਬਾਰੇ ਬਹੁਤ ਸੁਣਿਆ ਹੈ। ਮੈਂ ਸੁਣਿਆ ਹੈ ਕਿ ਤੁਹਾਡਾ ਗੁਰੂ ਹਰ ਇੱਕ ਦੀ ਹੈਲਪ ਕਰਦਾ ਹੈ, ਮਦਦ ਕਰਦਾ ਹੈ। ਤੁਹਾਡਾ ਗੁਰੂ ਬੜਾ ਮਹਾਨ ਹੈ। ਉਸਦੀ ਗੱਲ ਸੁਣ ਕੇ ਉਹ ਕਹਿੰਦਾ ਮੈਨੂੰ ਬੜਾ ਝਟਕਾ ਲੱਗਿਆ ਕਿਉਂਕਿ ਮੈਂ ਇਸ ਬਾਰੇ ਕੁਝ ਵੀ ਨਹੀਂ ਜਾਣਦਾ ਸੀ। ਇੰਨਾ ਕਹਿ ਕੇ ਉਹ ਚਲੀ ਗਈ ਤੇ ਫਿਰ ਉਹ ਕਹਿੰਦਾ ਮੈਂ ਅੰਬਾਲੇ ਦੇ ਬਾਜ਼ਾਰ ਦੇ ਵਿੱਚ ਅੰਗਰੇਜ਼ੀ ਇੰਗਲਿਸ਼ ਦੇ ਵਿੱਚ ਗੁਟਕਾ ਸਾਹਿਬ ਲੱਭ ਰਿਹਾ ਸੀ। ਸ਼੍ਰੀ ਸੁਖਮਣੀ ਸਾਹਿਬ ਜੀ ਦਾ ਮੈਂ ਕਾਫੀ ਗੁਟਕੇ ਸਾਹਿਬ ਦੇਖੇ ਪਰ ਮੈਨੂੰ ਇੰਗਲਿਸ਼ ਦੇ ਵਿੱਚ ਸ਼੍ਰੀ ਸੁਖਮਣੀ ਸਾਹਿਬ ਜੀ ਦਾ ਗੁਟਕਾ ਸਾਹਿਬ ਨਹੀਂ ਮਿਲਿਆ। ਕਹਿੰਦਾ ਇੱਕ ਦੁਕਾਨ ਦੇ ਵਿੱਚ ਜਾ ਕੇ ਮੈਂ ਗੁਟਕਾ ਸਾਹਿਬ ਮੰਗ ਹੀ ਰਿਹਾ ਸੀ, ਇੰਨੇ ਨੂੰ ਇੱਕ ਔਰਤ ਆਈ ਤੇ ਬੋਲੀ। ਉਹ ਕਹਿੰਦੀ ਮੈਂ ਤੁਹਾਨੂੰ ਪਹਿਲਾਂ ਵੀ ਦੇਖਿਆ ਹੈ, ਤੁਸੀਂ ਇੱਕ ਦੋ ਦੁਕਾਨ ਤੇ ਪੁੱਛ ਕੇ ਆਏ ਹੋ, ਮੈਂ ਤੁਹਾਨੂੰ ਦੇਖ ਰਹੀ ਹਾਂ, ਤੁਸੀਂ ਇੰਗਲਿਸ਼ ਦੇ ਵਿੱਚ ਗੁਟਕਾ ਸਾਹਿਬ ਮੰਗ ਰਹੇ ਹੋ। ਕਹਿੰਦੀ ਜੇਕਰ ਤੁਹਾਨੂੰ ਕੋਈ ਬਹੁਤ ਹੀ ਜ਼ਿਆਦਾ ਜ਼ਰੂਰਤ ਹੈ, ਮੈਂ ਆਪਣੇ ਘਰ ਦੇ ਵਿੱਚ ਇੱਕ ਸੁਖਮਣੀ ਸਾਹਿਬ ਜੀ ਦਾ ਇੰਗਲਿਸ਼ ਦੇ ਵਿੱਚ ਗੁਟਕਾ ਸਾਹਿਬ ਰੱਖਿਆ ਹੋਇਆ ਹੈ ਤੇ ਮੈਂ ਤੁਹਾਨੂੰ ਦੇ ਸਕਦੀ ਹਾਂ। ਤੇ ਉਹ ਕਹਿੰਦਾ ਹਾਂ, ਮੈਨੂੰ ਹੁਣ ਯਕੀਨ ਹੋਣ ਲੱਗਿਆ ਸੀ ਕਿ ਗੁਰੂ ਸਾਹਿਬ ਉਸ ਲੜਕੀ ਦੀ ਮਦਦ ਕਰਨ ਨੂੰ ਤਿਆਰ ਨੇ। ਉਹ ਕਹਿੰਦਾ ਮੈਂ ਉਸ ਬੀਬੀ ਕੋਲ ਗਿਆ, ਉਸ ਬੀਬੀ ਤੋਂ ਗੁਟਕਾ ਸਾਹਿਬ ਲਿਆ ਤੇ ਫਿਰ ਮੈਂ ਆਪਣੇ ਕਮਰੇ ਦੇ ਵਿੱਚ ਆ ਗਿਆ। ਆਫਿਸ ਵਿੱਚ ਫਿਰ ਮੈਂ
ਸਮੋਲਿਆਂ ਨੂੰ ਆਪਣੇ ਕਮਰੇ ਦੇ ਵਿੱਚ ਬੁਲਾਇਆ ਤੇ ਮੈਂ ਉਸ ਨੂੰ ਦੱਸਿਆ ਕਿ ਇਹ ਸਾਡੇ ਗੁਰੂਆਂ ਦੀ ਬਾਣੀ ਹੈ। ਉਹ ਕਹਿੰਦਾ, ਤੁਸੀਂ ਹਰ ਰੋਜ਼ 6 ਅਸ਼ਟਪਦੀਆਂ ਦਾ ਪਾਠ ਕਰਿਆ ਕਰੋ, ਪਾਠ ਕਰਕੇ ਅਰਦਾਸ ਕਰਿਆ ਕਰੋ। ਹਰ ਹਫ਼ਤੇ ਜਾਂ ਹਰ ਮਹੀਨੇ ਤੁਸੀਂ ਸ਼੍ਰੀ ਬੰਗਲਾ ਸਾਹਿਬ ਜਾ ਕੇ ਇਸ਼ਨਾਨ ਕਰਿਆ ਕਰੋ ਤੇ ਅਰਦਾਸ ਕਰਿਆ ਕਰੋ। ਬਾਕੀ ਤੁਸੀਂ ਵਾਹਿਗੁਰੂ ਪਰਮਾਤਮਾ ਤੇ ਛੱਡ ਦਿਓ। ਉਸ ਤੋਂ ਬਾਅਦ ਉਹ ਕਹਿੰਦਾ, ਮੈਂ ਤਾਂ ਕੰਪਨੀ ਦੇ ਕੰਮ ਦੇ ਲਈ ਅਮਰੀਕਾ ਚਲਾ ਗਿਆ ਤੇ ਉਸ ਤੋਂ ਬਾਅਦ ਕੀ ਹੋਇਆ ਮੈਂ ਨਹੀਂ ਜਾਣਦਾ। ਉਸ ਤੋਂ ਬਾਅਦ ਉਹ ਕਹਿੰਦਾ, ਮੈਂ 3 ਮਹੀਨਿਆਂ ਬਾਅਦ ਅਮਰੀਕਾ ਤੋਂ ਵਾਪਸ ਆਇਆ ਤੇ ਮੈਂ ਆਪਣੇ ਦਫ਼ਤਰ ਪਹੁੰਚਿਆ ਤੇ ਕਮਰੇ ਦੇ ਵਿੱਚ ਬੈਠਾ ਤੇ ਜਿਹੜੀ ਸਮੋਲੀਆ ਵਾਲੀ ਗੱਲ ਸੀ ਉਹ ਤਾਂ ਮੈਂ ਬਿਲਕੁਲ ਹੀ ਭੁੱਲ ਚੁੱਕਿਆ ਸੀ। ਉਹ ਕਹਿੰਦਾ, ਸਮੋਲੀਆ ਮੈਨੂੰ ਮੇਰੇ ਦਫ਼ਤਰ ਦੇ ਵਿੱਚ ਮਿਲਣ ਵਾਸਤੇ ਆਈ ਤੇ ਕਹਿੰਦਾ, ਮੈਂ ਸਮੋਲੀਆ ਨੂੰ ਦੇਖ ਕੇ ਹੈਰਾਨ ਹੋ ਗਿਆ। ਜਦੋਂ ਉਹ ਮੈਨੂੰ ਮਿਲਣ ਆਈ ਮੈਂ ਵੇਖਿਆ ਉਸਦੀ ਗਰਦਨ ਤੇ ਫਲਵੈਰੀ ਦਾ ਇੱਕ ਵੀ ਦਾਗ ਨਹੀਂ ਸੀ। ਉਹ ਕਹਿਣ ਲੱਗਿਆ, ਸਮੋਲੀਆ ਇਹ ਇੱਕੋ ਦਮ ਕਿੱਦਾਂ ਹੋ ਗਿਆ ਇੰਨੀ ਜਲਦੀ? ਉਹ ਕਹਿੰਦੀ, ਹਾਂ ਜਿਸ ਤਰ੍ਹਾਂ ਤੁਸੀਂ ਮੈਨੂੰ ਕਹਿ ਕੇ ਗਏ ਸੀ ਮੈਂ ਉਸੇ ਤਰ੍ਹਾਂ ਹੀ ਕਰਦੀ ਰਹੀ। ਉਹ ਕਹਿੰਦੀ, ਮੈਨੂੰ ਬੰਗਲਾ ਸਾਹਿਬ ਦੇ ਗੁਰੂ ਜੀ ਨੇ ਮੈਨੂੰ ਠੀਕ ਕਰ ਦਿੱਤਾ। ਕਹਿੰਦੀ, ਜਿਵੇਂ ਤੁਸੀਂ ਦੱਸਿਆ ਸੀ ਮੈਂ ਹਰ ਐਤਵਾਰ ਬੰਗਲਾ ਸਾਹਿਬ ਜਾਂਦੀ, ਇਸ਼ਨਾਨ ਕਰਕੇ, ਕੀਰਤਨ ਸੁਣ ਕੇ ਲੰਗਰ ਵਿੱਚ ਸੇਵਾ ਕਰਦੀ। ਸੇਵਾ ਕਰਨ ਤੋਂ ਬਾਅਦ, ਕੀਰਤਨ ਸੁਣਨ ਤੋਂ ਬਾਅਦ ਆਪਣੇ ਨਾਲ ਜਲ ਲੈ ਕੇ ਆਉਂਦੀ, ਜਿਸ ਜਲ ਦੇ ਨਾਲ ਮੈਂ ਆਪਣਾ ਮੂੰਹ ਧੋਂਦੀ। ਉਹ ਕਹਿੰਦੀ, ਮੈਂ ਨਾਲ ਅੰਮ੍ਰਿਤ ਜਲ ਲੈ ਕੇ ਆਉਂਦੀ ਤੇ ਅੰਮ੍ਰਿਤ ਜਲ ਦੇ ਨਾਲ ਬਾਣੀ ਪੜ੍ਹ ਕੇ ਅਤੇ ਉਸ ਤੋਂ ਬਾਅਦ ਮੈਂ ਆਪਣਾ ਚਿਹਰਾ ਧੋਂਦੀ, ਇਸ਼ਨਾਨ ਕਰਦੀ ਤੇ ਮੈਂ ਬਾਣੀ ਪੜ੍ਹਦੀ ਰਹੀ ਤੇ ਨਾਲ ਹੀ ਮੈਂ ਅਰਦਾਸ ਕਰਦੀ ਰਹੀ ਕਿ ਬੰਗਲਾ ਸਾਹਿਬ ਵਾਲੇ ਗੁਰੂ ਜੀ ਮੈਨੂੰ ਠੀਕ ਕਰ ਦਿਓ। ਉਹ ਕਹਿੰਦੀ, ਬਸ ਇਸੇ ਤਰ੍ਹਾਂ ਕਰਦੀ ਰਹੀ ਤੇ ਥੋੜੇ ਹੀ ਦਿਨਾਂ ਦੇ ਵਿੱਚ ਮੇਰੀ ਸਕਿਨ ਬਿਲਕੁਲ ਠੀਕ ਹੋ ਗਈ। ਡਾਕਟਰ ਵੀ ਹੈਰਾਨ ਸੀ, ਮੈਨੂੰ ਪੁੱਛ ਰਹੇ ਸੀ ਵੀ ਇਹ ਕਿਵੇਂ ਹੋਇਆ, ਪਰ ਬੰਗਲਾ ਸਾਹਿਬ ਵਾਲੇ ਗੁਰੂ ਜੀ ਨੇ ਮੇਰਾ ਰੋਗ ਦੂਰ ਕਰਤਾ। ਅੱਜ ਵੀ ਕੋਈ ਸਾਧ ਸੰਗਤ ਜੀ ਸ਼ਰਧਾ ਨਾਲ ਅਰਦਾਸ ਕਰੇ, ਸ਼੍ਰੀ ਗੁਰੂ ਹਰਿਕ੍ਰਿਸ਼ਨ ਸੱਚੇ ਪਾਤਸ਼ਾਹ ਨੇ ਉਹਨਾਂ ਦੇ ਰੋਗ ਦੂਰ ਕਰ ਦਿੰਦੇ ਨੇ ਤੇ ਅੱਜ ਵੀ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਜੀ ਸਾਰਿਆਂ ਦੇ ਦੁੱਖ ਕੱਟ ਰਹੇ ਨੇ। ਸੋ ਸਾਧ ਸੰਗਤ ਜੀ, ਵੀਡੀਓ ਨੂੰ ਲਾਈਕ ਅਤੇ ਰਿਸ਼ਤੇਦਾਰਾਂ ਦੇ ਨਾਲ ਸ਼ੇਅਰ ਜ਼ਰੂਰ ਕਰਿਓ ਜੀ। ਜੇਕਰ ਵੀਡੀਓ ਵਧੀਆ ਲੱਗੀ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਅਤੇ ਬੈਲ ਆਈਕਨ ਨੂੰ ਦਬਾ ਲੈਣਾ, ਜਿਸ ਨਾਲ ਸਾਡੀ ਹਰ ਨਵੀਂ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇਗੀ। ਮਿਲਦੇ ਹਾਂ ਅਗਲੀ ਵੀਡੀਓ ਵਿੱਚ। ਉਦੋਂ ਤੱਕ ਗੱਜ ਕੇ ਬੁਲਾਓ ਫਤਿਹ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।